ਹਾਂਜੀ ਮੁੰਡਿਓ, ਆ ਗਏ ਹਾਂ ਜੀ ਇੱਕ ਹੋਰ ਨਵੀਂ ਫਾਰਮਿੰਗ ਦੀ ਵੀਡੀਓ ਲੈ ਕੇ। ਅਤੇ ਜਿਵੇਂ ਤੁਸੀਂ ਪੁਰਾਣੀ ਵੀਡੀਓ 'ਚ ਦੇਖਿਆ, ਹੁਣ ਆਪਾਂ ਨੇ ਚਾਰ ਨਾਟਕਾਂ ਮੋਡੀਫਾਈ ਕਰਵਾਏ ਸੀ ਅਤੇ ਅੱਜ ਆਪਾਂ ਖੇਡਣ ਲੱਗੇ ਹਾਂ ਜੀ ਮਲਟੀਪਲੇਅਰ ਗੇਮ ਪਲੇ। ਆਪਾਂ ਇਹਨਾਂ ਰਵਿੰਦਰ ਧਰਮਪ੍ਰੀਤ ਅਤੇ ਸਿੱਧੂ ਹੋਣੀ ਸਿਰੇ ਦੇ ਚੌਬਰ ਪਲੇਅਰ ਆਪਣੇ ਨਾਲ ਨੇ ਅੱਜ ਮੁੰਡਿਓ। ਦੂਜੀ ਵਾਲੀ ਉਹ ਤੇ ਵੀ ਗਵਾ ਲਈ, ਉਹ 'ਚ ਤਾਂ ਇੱਦਾਂ ਹੀ ਪੈ ਤੇਰੀ ਜੂਗੀ, ਟਰਾਲੀ ਤਾਂ ਭਰੂਗੀ। ਉਹ ਤਾਂ ਇੱਦਾਂ ਹੀ ਪੈ ਜੂਗੀ। ਲੈ ਲੈ, ਇੰਨੀ ਛੇਤੀ ਨਹੀਂ ਭਰਦੀ ਟਰੇਲੀ। ਇਹ ਥੋੜੀ ਰਹਿ ਜੂਗੀ। ਲੈ ਜੱਜੀ ਇਹਨੂੰ ਭਰਾ ਲਾਂਦੇ ਹੋਏ, ਫਿਰ ਇਹ ਵਗ ਜੂਗਾ ਹੌਲੀ ਹੌਲੀ, ਫਿਰ ਤੇਰਾ ਟਰੱਕ ਭਰੂ। ਤੂੰ ਤਾਂ ਮਿੰਟ ਤਾਂ ਦੇਂਗੇ ਤਾਂ ਹੌਲੀ ਹੌਲੀ ਜਾਊਗਾ ਵਿਚਾਰਾ, ਹੋਰ ਯਾਰ ਜਦੋਂ ਵਿਚਾਰਾ ਯਾਰ, ਮੈਨੂੰ ਇਹ ਤਰਸ ਖਾ ਜਾਊਗਾ ਲਓ ਜਦੋਂ ਯਾਰ ਤੇਰਾ ਗਰੀਬ ਟਰੱਕ ਤੇ। ਭਰ ਦਿਓ। ਦੇਖਦੇ ਹਾਂ ਇੱਕ ਟੈਂਕੀ ਜਾਣ ਨਾਲ ਕਿੰਨੇ ਪਰਸੈਂਟ ਹੁੰਦੀ ਆ ਆਪਣੀ ਟਰੈਲੀ। ਦੋ ਟੈਂਕ ਹੋਰ ਪੈਣਗੇ, ਇੱਕ ਇੱਕ ਹੋਰ ਸਤਾਈ ਹੋਊਗਾ। ਸਤਾਈ ਪਰਸੈਂਟ ਹੋਈ ਆ, ਸਤਾਈ ਯਾਰ, ਸਤਾਈ ਕਿੰਨੇ? ਸਤਾਈ 27 27 27 ਹੋ ਗਈ ਜੱਜੀ, ਵੱਢ ਕਾ ਇਹਨੇ ਦੂਜੀ ਤੇ ਮਸ਼ੀਨ 'ਚ। ਇੱਕ ਹਾਂ ਹੋਰ ਵੈਰੀ ਗੁੱਡ। ਪਵਾ ਕੇ ਦੋ ਦੋ ਟੈਂਕ ਹੋਰ ਪੈਣਗੇ, 73 ਪੈਣਗੇ। ਹਾਂ ਪੈ ਜਾਣਗੇ, ਚਲ ਜੱਜੀ ਤਿੰਨ ਬਟਨ ਪੈ ਲੱਗਿਆ, ਜਾਣਗੇ ਦੋਨੇ ਆਰਾਮ ਨਾਲ, ਮਸ਼ੀਨਾਂ ਤਿੰਨ ਨਾਲ ਪੈ ਬਟਨ ਲਾਓ ਜਾਣਗੇ। ਜੀ। ਹਾਂ ਤਿੰਨ ਪੈ ਜਾਣਗੇ। ਜੱਜੀ ਤੂੰ ਇੰਨੇ ਕਰ ਆਰਾਮ, ਚਾਹ ਚਾਹ ਪਾਣੀ ਪੀ, ਰੋਟੀ ਰੋਟੀ ਖਾ ਕੇ ਬੈਠ ਤੂੰ ਟਰੱਕ ਤੇ। ਕਹਿੰਦੇ ਪ੍ਰੋ ਧਰਮਪ੍ਰੀਤ, ਓਏ ਧਰਮਪ੍ਰੀਤ, ਕਹਾਣੀ ਛਕਣ ਲੱਗ ਗਿਆ ਚੋਬਰ। ਕਹਿੰਦੀ ਆਵਾਜ਼ ਤਾਂ ਆਉਂਦੀ ਆਉਂਦੀ ਹੈ, ਹੈ ਗੀਤ ਹੀ ਸੁਣਾ ਦੇ ਨਾ ਕੋਈ ਧਰਮਪ੍ਰੀਤ ਬਈ। ਹੱਦ ਕਰਦਾ ਯਾਰ, ਇੰਨੇ ਤਾਂ ਗੀਤ ਨਾਮ ਆਉਂਦੇ ਨੇ। ਧਰਮਪ੍ਰੀਤ ਰੱਖੀ ਫਿਰਦਾ, ਗੀਤ ਨਹੀਂ ਹੁੰਦਾ। ਕਿੰਨੀ ਹੋ ਗਈ ਵੋਏ ਤੇਰੀ ਮਸ਼ੀਨ, ਤੇਰੀ ਚੀ ਪਵਾਉਣ ਨਾਲ ਥੋੜ੍ਹਾ ਬਹੁਤਾ 75 ਹੋ ਗਈ ਆ ਜਾਸਤਾ, ਆ ਗਈ ਪਰਸੋਂ ਅਸਤਾ। ਜਦੋਂ ਨੂੰ ਆਏਗਾ। ਹੋਰ ਇੱਕ ਤਾਂ ਯਾਰ ਮੇਰਾ ਟਰੈਕਟਰ ਅਸਲ 'ਚ ਨਾ ਸਰਵਿਸ ਮੰਗ ਰਿਹਾ, ਜਮਾਂ ਰੈੱਡ 'ਤੇ ਚਲਾ ਗਿਆ ਪੱਟੂ ਜੀ, 60% ਹੋ ਗਿਆ ਕੰਟਰੈਕਟ। ਮਤਲਬ ਯਾਰ ਤੁਸੀਂ ਗਲਤ ਤੇ ਸਿੱਟ ਕੇ ਆਉਂਦੇ ਯਾਰ, ਹਜੇ 60% ਹੀ ਆ। 60% ਉਹ ਹੋਇਆ ਨਾ ਖੇਤ 'ਚੋਂ ਵੱਢਿਆ ਗਿਆ ਨਾ, ਸਿੱਟਣ ਵਾਲੀ ਤਾਂ ਹਲੇ ਕੁਛ ਕੁ ਪਰਸੈਂਟ ਹੀ ਹੋਈ ਹੈ। ਓਹੋ ਜੀ ਕੀ ਕਰ ਰਿਹਾ ਮਾਈ ਕਿਨਾ ਮੈਂ ਜਮਾਂ, ਜਦੋਂ ਆਏਗਾ ਉਹਦੀ ਭਰੂਗੀ। ਹਾਏ ਉਹਦੀ ਭਰੀ ਹੈ, 99 ਹੋ ਗਈ। ਆ ਚੱਕ, ਰੁਕ ਨਹੀਂ ਦਿੰਦੇ ਤੇਰੀ ਮਸ਼ੀਨ ਬਾਬੇ ਯਾਰ। ਮੇਰੀ ਯਾਰ ਤਿੰਨ ਤਿੰਨ ਚਾਰ ਸਪੀਡ, ਚਾਰ ਦੀ ਸਪੀਡ ਘੱਟ ਗਈ, 50 ਤੋਂ ਉੱਪਰ ਜਾਂਦਾ ਹੀ ਨਹੀਂ ਝੋਟਾ ਹੁਣ। ਸਰਵਿਸ ਕਰਾਉਣ ਨਾ ਕਰਾਉਣ ਡਬਲ ਫਿਰ ਲੱਗ ਗਿਆ। ਪਿਆਣੀ ਹੋਏ ਰੰਡੇ ਨੂੰ ਉਹਦਾ ਆਪਣੇ ਦਾ ਹੈ ਰਵਿੰਦਰ ਨੂੰ ਕਹੀਂ ਔਖਾ ਹੀ ਰਲੂਗਾ। ਮੈਨੂੰ ਵੀ ਐਂ ਲੱਗ ਰਿਹਾ ਝੋਟਾ, ਕਹਿੰਦੇ ਰਲ ਗਿਆ ਰਲ ਗਿਆ ਰਲ ਗਿਆ। ਹੋਰ
ਰਹਿ ਤਾਂ ਕੋਈ ਪੱਟੂ ਚ ਟਾਇਰ ਹੀ ਬਾਲੇ ਮੋਟੇ ਪਵਾ ਰੱਖੇ ਨੇ। ਸਲਿੱਪ ਦੇ ਰਿਹਾ ਹੈ, ਸਲਿੱਪ ਗੁੱਡੀ ਤਾਂ ਹੈ ਹੀ ਨਹੀਂ ਪੱਟੂਆਂ ਚ ਟਾਇਰਾਂ ਚ, ਸਲਿੱਪ ਕੀ ਟਾਇਰ ਪਾ ਦੇ ਭਰੇ ਜਾਣੀ, ਮੈਨੂੰ ਲੱਗਦਾ ਇਹਦੇ ਨਾਲੇ ਭਰ ਪਤਾ। ਜਾਣੀ, ਰੁੱਕ ਕੇ ਪਾ ਦੇ ਇਹਦੇ ਨਾਲੇ ਭਰ ਜਾਣੀ ਹੈ। 84% ਹੋ ਗਈ, ਨਹੀਂ ਹੋਣੀ, ਥੋੜ੍ਹੀ ਬਹੁਤੀ ਰਹੂਗੀ ਤਾਂ ਚੱਲ ਜੱਜੀ ਵਾਲੀ ਚ ਪਵਾ ਲੈ ਜੂੰਗਾ ਜਾਂਦੇ ਹੋਏ। ਉਹ ਵੀ ਤਾਂ ਪੱਟੋ ਪਿੱਛੇ ਚਲਾਈ ਜਾਂਦਾ, ਮਸ਼ੀਨਾਂ ਦਾ ਕੀ ਘਾਟਾ ਹੈ। ਕਿੰਨੇ ਰਹਿ ਗਈ? 6% ਆ ਦੇਖ ਜਾ ਪਵਾਈ ਲੈ ਜੀ। ਦੇਖ ਵੱਟ ਤੇ ਰੋਕੇ ਗੋਰੀ, ਇਹ ਕਿਵੇਂ ਜੱਟ ਦੀ ਕੰਬਾਈ ਨਹੀਂ ਚੱਲਦੀ ਕਹਿੰਦਾ ਉਹਦੇ। ਓ ਹੋ ਹੋ ਬਾਬੇ, ਆ ਵੱਡੀ ਲੈਣ ਆਪਣੇ ਖੇਤਾਂ 'ਚ ਨੂੰ ਵੀ ਆ ਗਈ ਬਾਬੇ, ਪਾਸ ਹੋ ਗਈ ਜਿਹੜੀ ਆ ਵੱਡੀ ਲੈਣੇ 'ਚ ਪਈ ਵੀ ਮੈਪ 'ਚ। ਨਾ ਨਾ ਮੈਂ ਰੀਅਲ ਲਾਈਫ 'ਚ ਕਹਿ ਰਿਹਾ, ਗੇਮ 'ਚ ਨਹੀਂ ਕਹਿ ਰਿਹਾ। ਹਾਂ ਵੀ ਆ ਜਿਹੜੀ ਵੱਡੀ ਲੈਣ ਨਹੀਂ ਪਈ ਵੀ ਜਿਵੇਂ ਆ ਗੇਮ 'ਚ, ਐਵੇਂ ਆਪਣੇ ਖੇਤਾਂ 'ਚ ਨੂੰ ਵੀ ਆ ਗਈ ਇੱਕ, ਹੁਣ ਅਪਲਾਈ ਹੋ ਗਈ। ਪਰ ਗਈ ਇੱਥੇ ਨਹੀਂ, ਹਾਂ ਨਾ ਮੈਂ ਦੂਰ ਹੀ ਚਲੇ ਗਿਆ, ਟਰੈਕਟਰ ਲੈ ਗਏ ਪਾਯੂ 96 96 97 98 ਆ ਜਾ ਤੇ 99 ਜਿੱਲਾ ਲਾ ਓਏ ਚੱਕ ਪਰ ਗਈ। ਚਲੇ ਯਾਰ ਢੋਣ ਫਿਰ ਇਸ ਵਾਰ ਅਗਲੀ ਮਸ਼ੀਨ ਵੀ 100% ਭਰ ਕੇ ਬਸ ਫਿਰ ਉਹਨੂੰ ਖਾਲੀ ਕਰ ਲਾ ਨਾ, ਜਿਹੜੀ ਤੇਲ ਵਾਲੀ ਮਸ਼ੀਨ ਨਾ ਤੁਹਾਨੂੰ ਤਾਂ ਫਿਰ ਇਹ ਤਾਂ ਪਵਾ ਨਹੀਂ, ਇਹਦੇ ਤਾਂ ਖਾਲੀ ਹੋ ਹਜੇ, ਪਹਿਲਾਂ ਉਹ ਮਸ਼ੀਨ ਖਾਲੀ ਕਰ ਲਾ ਫਿਰ ਇਹਦੇ 'ਤੇ ਜਾ, ਮੈਂ ਮਰਜ਼ੀ ਹੋ ਗਈ ਯਾਰ। ਹੁਣ ਇਸ ਵਾਰ ਰੋਡ ਨੂੰ ਜਾਣਗੇ, ਟਰੱਕ 'ਚ ਤਾਂ ਵੱਧ ਪੈਂਦੇ ਹੋਣਗੇ ਹੈ ਨਾ ਦਾਣੇ, ਕਿੰਨੇ ਪੈਂਦੇ ਨੇ ਹੋਏ? ਨਹੀਂ ਟਰੈਲੀ ਜਿੰਨੀ ਉਹ ਪੈਂਦੇ ਨੇ ਤਕਰੀਬਨ, ਥੋੜ੍ਹਾ ਬਹੁਤਾ ਹੀ ਫਰਕ ਹੈ। ਆਪਣੀ ਟਰੈਲੀ ਵੱਡੀ ਹੈ ਨਾ, 52,000 ਲੀਟਰ, 52,000 ਲੀਟਰ ਆਉਂਦੀ ਹੈ ਟਰੈਲੀ 'ਚ। ਫਿਰ ਵੀ ਟਰਾਲੇ ਨਾਲ ਤਾਂ ਵੱਧ ਘੱਟ ਹੀ ਪੈਣੀ ਚਾਹੀਦੀ ਹੈ ਟਰਾਲੀ 'ਚ, ਪਰ ਟਰਾਲੇ 'ਚ ਹਾਂ ਸ਼ਾਇਦ ਹੋ ਸਕਦਾ। ਵੈਸੇ ਕਿੰਨੀ ਪੈਂਦੀ ਹੈ? ਉਹ ਆ 10-15 ਹਜ਼ਾਰ ਦਾ ਤਾਂ ਫਰਕ ਐਂ ਤਾਂ ਨਹੀਂ ਹੈਗਾ, ਪਰ ਟਰੱਕ ਦਾ ਕੀ ਫਾਇਦਾ ਫਿਰ? ਆਪਣੇ ਟਰੈਲੀ ਦੀ ਕੈਪੈਸਿਟੀ ਕਿੰਨੀ ਰੱਖਾਂਗੇ ਦੱਸੋ? 1,00,000 ਰੱਖ ਲਾਂਗੇ ਬਸ। ਨਾ ਨਾ ਬਾਹਲੀ ਹੋ ਜੂਗੀ, 80,000 ਬਹੁਤ ਆ। 80,000 ਕਰਪੈਨਾ ਦਾ ਯਾਰ ਤੂੰ ਆਪ ਹੀ ਦੇਖ ਲਾ, ਕਰਪੈਨਾ ਦਾ ਕਿੰਨਾ ਹੈਗਾ ਕਪੈਸਿਟੀ? 10,000 ਕਪੈਸਿਟੀ ਆ ਕਰਪੈਨਾ ਦੀ, 15,000। ਹਾਂ ਕੋਲ ਖੇਤ ਭਰੇ ਨਹੀਂ ਕਰਨੇ, ਐਂ ਤਾਂ ਉਹ ਭਰੇ ਨਹੀਂ, ਹੋਰ ਘਟਾ ਲਾਂਗੇ ਮੈਂ ਕਹਿੰਦਾ, ਘਟਾ ਘੱਟੇ ਰੱਖਾਂਗੇ। 60,000 ਬਹੁਤ ਹੈ ਜਿੰਨੇ, ਹਾਂ 50 ਬਹੁਤ ਹੈ, ਬਹੁਤ ਆ 50,000 ਤੇ ਉਹਨੂੰ ਕਿਹਾ ਵਾ ਵੈਸੇ ਵੀ ਉੱਪਰ ਟੋਚੀ 'ਚ ਨਿਕਲੇ ਸਾਰੀ ਫਸਲ ਜਿਹੜੀ ਵੀ ਭਰੀਏ, ਹੈ ਜਿਹੜੀ ਵੀ ਮਤਲਬ ਆਪਾਂ ਕੁਛ ਵੀ ਪਾਈਏ ਉਹਦੇ ਵਿੱਚ। ਹਾਂ ਅਤੇ ਉਹ ਜਿਵੇਂ ਆਪਣੇ ਉਰੇ ਆਪਾਂ ਜਿਵੇਂ ਭਰਦੇ ਹਾਂ ਖੇਤਾਂ 'ਚ ਆਪਣੇ ਆਮ ਰੀਅਲ ਲਾਈਫ 'ਚ, ਵੀ ਉੱਪਰ ਤੱਕ ਟੋਚੀ ਨਿਕਲੇ ਨਾ, ਉਵੇਂ ਨਿਕਲਿਆ ਕਰੇ ਸਾਡੇ 'ਚ, ਹਾਂ ਅੰਦਰ ਅੰਦਰ ਨਾ ਰਹੇ ਬਾਹਰ ਨਿਕਲੇ ਫਸਲ ਉੱਪਰ। ਕਿਹਾ ਵਾ ਉਹਨੂੰ ਉਹਨੂੰ, ਓਏ ਓਏ ਉਹ ਆਊਗਾ ਨਾ, ਓਏ ਉਹਨੂੰ ਕਹੋ ਵੀ ਬਣਾ ਵੀਰੇ ਛੇਤੀ ਛੇਤੀ, ਤਾਂ ਹੀ ਟਾਈਮ ਦਊਗਾ। ਅੱਜ ਤਾਂ ਬਣਾਈ ਹੈ ਉਹਨੇ, ਅੱਜ ਮੈਂ ਮੈਨੂੰ ਕਹਿੰਦਾ ਚੱਲ, ਮੈਂ ਕਹਿੰਦਾ ਯਾਰ ਉਹ ਸੀ ਨਾ ਗੇਮ ਬੰਦ ਕਰਤੀ ਸ਼ਾਮ 'ਚ, ਇਹਦਾ ਮਾਈਕ ਦਾ ਪ੍ਰੋਬਲਮ ਹੈ। ਮਾਈਕ ਦਾ ਕੀ ਚੱਕਰ ਹੋ ਰਿਹਾ ਉਹ ਤੇਰੇ ਦੇ, ਤੇਰੇ ਮਾਈਕ ਦਾ ਕੀ ਪ੍ਰੋਬਲਮ ਹੋ ਰਹੀ ਹੈ? ਦੀ ਪਈ ਆ ਪ੍ਰੋਬਲਮ? ਨਹੀਂ ਵੈਸੇ ਹੀ ਕਦੇ ਕਦੇ ਹੁੰਦੀ ਹੈ, ਜਿਵੇਂ ਕੰਨਾਂ 'ਚ ਇਹ ਲੱਗਦਾ ਜਿਵੇਂ ਕੋਈ ਚੀਜ਼ ਉਹ ਹੁੰਦੀ ਹੈ ਨਾ,
ਕਚਰ ਕਚਰ ਜੀ ਬਹੁਤ ਕਰਾਨਾ ਕਦੇ ਕਦੇ। ਕਾਹਦਾ ਤੂੰ ਕਿਹੜੇ ਹੈੱਡਫੋਨ ਲਾਉਣਾ ਹੁੰਦਾ ਜਿਹੜੇ ਮੋਬਾਈਲ ਦੇ ਨਾਲ ਆਉਂਦੇ ਹੁੰਦੇ ਸੀ ਪਹਿਲਾਂ? 2000 ਵਾਲੇ ਤਾਂ ਨਹੀਂ ਲੱਗਦੇ, 2000 ਵਾਲੇ ਤਾਂ ਨਹੀਂ ਲੱਗਦੇ ਦੇਖ ਚਾਚੀ ਓਏ। ਮੇਰੇ ਦੇਖ ਲਾ, ਮੇਰੇ ਤਾਂ 1500। ਤੇਰੇ ਕੋਲ ਕਿਹੜੇ ਹੈੱਡਫੋਨ ਆ ਬਾਈ ਸਿੱਧੂ ਬਾਈ? ਇਹਦੇ ਮੇਰੇ ਕੋਲ ਹੈਗੇ ਬਾਈ ਰੈੱਡ ਗੇਅਰ ਕੋਸਮਿਕ 7.1। ਆਹ ਬੱਲੇ ਬੜਾ ਲੰਬਾ ਲਾ, ਮੇਰੇ ਕੋਲ ਹਾਈਪਰ ਐਕਸ ਦੇ ਨੇ, ਰਵਿੰਦਰ ਕੋਲ ਪਤਾ ਨਹੀਂ ਕਿਹੜੇ ਨੇ। ਚੋਬਰ ਕਹਦੇ ਅਮੀਰੀ ਐ, ਚੋਬਰਾਂ ਕੋਲੇ ਹੈਗੇ ਨੇ, ਰਵਿੰਦਰ ਕੋਲ ਪਤਾ ਨਹੀਂ ਕਿਹੜੇ ਨੇ, ਰਵਿੰਦਰ ਕੋਲੇ ਵੀ ਆਹੀ ਹੈ ਪਤਾ ਨਹੀਂ ਕਿਹੜੇ ਸੀ ਉਹਦੇ ਕੋਲ ਕੋਸਮਿਕ ਪਤਾ ਨਹੀਂ। ਮੈਂ ਹੁਣ ਬਸ ਮੇਰਾ ਮਤਲਬ ਕਿ ਸਾਰਾ ਮੈਸੇਜ ਸਾਰਾ ਕੰਪਲੀਟ ਹੋ ਗਿਆ, ਸਾਰਾ ਸਮਾਨ। ਹੁਣ ਇੱਕ ਚੀਜ਼ ਰਹਿ ਗਈ ਇਹਦੇ, ਜਿਹੜੇ ਹਾਈਪਰ ਐਕਸ ਤੇ ਨੇ ਨਾ, ਇਹਨਾਂ ਨਾਲ ਮਾਈਕ ਨਾਲ ਜਾਂਦਾ ਨਾ, ਮੈਂ ਉਹ ਦੂਜਾ ਮਾਈਕ ਲੈ ਕੇ ਆਉਣਾ ਬਸ, ਬਾਕੀ ਸਾਰਾ ਚੀਜ਼ਾਂ ਕੰਪਲੀਟ ਨੇ। ਹੁਣ ਹੁਣ ਮੈਂ ਉਹਦੇ ਲਈ ਪੈਸੇ ਹਾਈਪਰ ਐਕਸ ਦਾ ਮਾਈਕ ਲੈ ਕੇ ਆਏਗਾ? ਨਾ ਨਾ ਮਾਈਕ ਤਾਂ ਹੈਗਾ ਹੀ ਹਾਈਪਰ ਐਕਸ ਦਾ। ਹਾਂ ਅੱਛਾ, ਜਿਹੜਾ ਸਾਹਮਣੇ ਵਾਲਾ? ਹਾਂ ਹਾਂ ਦੇਖੂੰਗਾ ਯਾਰ, ਹੁਣ ਮਾਈਕ ਤਾਂ ਵੈਸੇ ਬਹੁਤ ਹੋਰ ਵੀ ਬਹੁਤ ਵਧੀਆ ਨੇ, ਜ਼ਿਆਦਾ ਮਹਿੰਗੇ ਲੈਣ ਦੇਣ ਨਾਲ। ਐਮਾਜ਼ੋਨ ਤੇ ਦੇਖ ਰਿਹਾ ਸੀ ਮੈਂ, ਪਰ ਕੀ ਰਿਵਿਊਜ਼ ਨਹੀਂ ਦੇਖੇ ਹਾਲੇ ਤੱਕ, ਮੈਂ ਰਿਵਿਊਜ਼ ਦੇਖ ਯਾਰ। ਵਧੀਆ ਮੈਂ ਕਹਿਣਾ ਯਾਰ, ਹਾਈਪਰ ਐਕਸ ਦਾ ਮਾਈਕ ਆ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ, ਬਹੁਤ ਵਧੀਆ ਆਵਾਜ਼ ਆ ਰਹੀ ਹੈ। ਹਾਂ ਇਹ ਵਧੀਆ, ਇਹ ਵਧੀਆ ਹਾਈਪਰ ਐਕਸ ਦਾ, ਇਹਦੀ ਆਵਾਜ਼ ਵੀ ਸਹੀ ਆ। ਬਸ ਐਂ ਵੀ ਜੇ ਹੁਣ ਕੱਲ੍ਹ ਨੂੰ ਕੈਮਰਾ ਹੁਣ ਜੇ ਮੈਂ ਲੀਨੋਵੋ ਦਾ ਕੈਮਰਾ ਮੰਗਾਇਆ ਮੈਂ, ਹੁਣ ਮੇਰੇ ਕੋਲ ਪਿਆ ਅਤੇ ਰਿੰਗ ਲਾਈਟ ਵੀ ਮੈਂ ਲਿਆਂਦੀ ਵੱਡੇ ਵਾਲੀ। ਹਾਂ ਅਤੇ ਹੁਣ ਜਿਹੜਾ ਕੈਮਰਾ ਹੈ ਨਾ ਉਹ ਕਿਉਂਕਿ ਜਦ ਆਪਾਂ ਵੈਬ ਕੈਮ ਸ਼ੂਟ ਕਰਦੇ ਹਾਂ ਫਿਰ ਇਹ ਨਾਲ ਦੇ ਮਾਈਕ ਨਾ ਥੋੜ੍ਹਾ ਜਿਹਾ ਮਤਲਬ ਕਿ ਜੇ ਸਾਹਮਣੇ ਲੱਗਿਆ ਹੋਵੇ, ਰੱਖ ਸਪੀਡ ਜੀ ਨਾ ਰੱਖ, ਕੀ ਕਰ ਫਿਰ ਘੈਂਟ ਲੱਗਦਾ ਉਹ ਜਿਹੜਾ ਸਾਹਮਣੇ ਮਾਈਕ ਪਿਆ ਹੁੰਦਾ ਮੂੰਹ ਕੋਲ। ਹਾਂ ਹਾਂ ਕਿੰਨੇ ਦੇ ਆਏ ਸੀ ਇਹ ਐਪਰਾ? ਉਹ ਦੇਖ ਦੇਖ ਕੇ ਯੂਟਿਊਬਰਾਂ ਜਿਹਨੂੰ ਮੇਰਾ ਉਹਦਾ ਬੜਾ ਦਿਲ ਕਰਨ ਦਿਆ ਸਟੀਅਰਿੰਗ ਵੀਲ ਜੇ ਦਾ, ਉਹ ਤਾਂ ਮੈਂ ਕੱਢੂੰਗਾ ਖੰਡਾ ਹੁਣ ਥੋੜ੍ਹੇ ਬਹੁਤੇ ਦਿਨਾਂ 'ਚ ਬਾਈ, ਦੇਖਾ ਦੇਖੀ ਜੀ ਉਹ ਹੋ ਜਾਂਦੇ ਆ ਹੁਣ ਤਾਂ ਵਾਦ ਵਾਲਾ ਹੁੰਦਾ ਬਾਬੇ। ਉਹਦੇ ਨਾਲ ਪਤਾ ਕੀ ਹੈ ਫਾਰਮਿੰਗ ਦਾ, ਤਾਂ ਮੈਨੂੰ ਪਤਾ ਨਹੀਂ ਵੀ ਕਿਸਟਾ ਗੇਮ ਪਲੇ ਹੋਊ ਉਹਦੇ ਨਾਲ। ਆਏ ਹਾਏ ਆਏ ਹਾਏ ਆਏ ਹਾਏ, ਉਸਤਾਦ ਹੁਣੀ ਆ ਗਏ ਕਹਿੰਦੇ, ਉਸਤਾਦ ਹੁਣੀ ਆ ਗਏ, ਉਸਤਾਦ ਹੁਣੀ ਆ ਗਏ। ਹਾਂਜੀ ਉਸਤਾਦ ਜੀ, ਬੱਲੇ ਬੱਲੇ ਬਹੁਤ ਵਧੀਆ ਕਾਰਨ ਹੈ ਵੀਰੇ ਨਾ ਬਈ। ਮੈਨੂੰ ਸਹੀ ਦੱਸਾਂ ਯਾਰ, ਓਏ ਰਵਿੰਦਰ ਰਵਿੰਦਰ ਓਏ, ਹੁਣ ਮੈਂ ਤੈਨੂੰ ਇੱਕ ਚੀਜ਼ ਦੱਸਾਂ, ਹੁਣ ਮੈਂ ਤੈਨੂੰ ਦਿੰਦਾ ਗਿਫਟ ਦੇਖ, ਇੱਕ ਆਫਰ ਦਿੰਦਾ ਤੈਨੂੰ ਹੁਣ ਮੈਂ, ਠੀਕ ਹੈ? ਤੈਂ ਹੁਣ ਮੈਨੂੰ ਕਾਰਨ ਦੱਸਿਆ, ਮੈਂ ਤੈਨੂੰ ਹੁਣ ਆਫਰ ਦਿੰਦਾ ਇੱਕ, ਤੂੰ ਮੈਨੂੰ ਮੋੜ ਬਣਾ ਬਣਾ ਦੇਈ ਜਾ, ਤੂੰ ਜਿਹੜੀ ਚੀਜ਼ ਕਹੇਂਗਾ ਉਹ ਤੇਰੇ ਲਈ ਹਾਜ਼ਰ ਹੈ। ਹੱਥ ਕਰਦਾ ਯਾਰ, ਕਿੱਡੀ ਕੁ ਚੀਜ਼ ਹੈ ਯਾਰ, ਨਹੀਂ ਲਵਾਂਗਾ ਸਟੀਅਰਿੰਗ ਵੀਲ ਤੈਨੂੰ GTA 6 ਦਵਾ ਦਾਂਗੇ, ਕਿੱਡੀ ਕੁ ਚੀਜ਼ ਹੈ ਮੇਰੇ ਕੋਲ ਸ਼ੁਰੂ ਤੋਂ ਹੀ ਨੇ ਹਾਈਪਰ ਐਕਸ ਨੇ, ਇਧਰ ਦਾ 700 ਦੇ ਲੈਂਦੇ ਸੀ, ਇੱਕ ਕੱਟੀ ਜਾਂਦੇ ਆ ਬਸ ਇੰਦਾ ਨਾ, ਮੈਂ ਚਲਾ ਲਾ ਟਰਾਲੀ ਨਾਲੇ ਸਰ ਜਾਣਾ ਇਹਦਾ, ਟੀਵੀ ਦੀ ਫੇਰ ਟਰਾਲਾ 100% ਭਰਿਆ ਹੋਇਆ,
ਕਿਤੋਂ ਹੁੰਦਾ ਤਾਂ ਕਹੀ ਜਾਂਦਾ ਖੜ ਜਾ ਲੈ ਬਾਬੇ ਉਹ ਇੱਕ ਮਿੰਟ ਮੇਰੀ ਗੱਲ ਸੁਣੋ ਆਹ ਖੜੀ ਆ ਟਰਾਲੀ ਇੱਥੇ ਪਾਈ ਜਾਇਓ ਅਤੇ ਮੈਂ ਟਰਾਲੀ ਟਰਾਲਾ ਲੈ ਕੇ ਚੱਲਿਆ ਯਾਰ ਠੀਕ ਹੈ ਠੀਕ ਹੈ ਟਰਾਲੇ ਦੀ ਵੀ ਫਿਰ ਐ ਰਵਿੰਦਰ ਇੱਧਰ ਆ ਜਾਓ ਆਹ ਖੜੀ ਟਰਾਲੀ ਟਰਾਲੀ 'ਚ ਹੀ ਪਾ ਦੇ ਦਾਣੇ ਲੈ ਕੇ ਉੱਪਰ ਨੇ ਉੱਧਰ ਹੀ ਬ੍ਰੇਕਾਂ ਦੇ ਕੇ ਘਾਤੀ ਹੈ ਚੱਕ ਕਹਿੰਦੇ ਟਰਾਲਾ ਤਾਂ ਯਾਰ ਦੱਬ ਹੀ ਜਾਊਗਾ ਉਹ ਯਾਰ ਆਹ ਟਰੱਕ ਨਹੀਂ ਮੈਨੂੰ ਵਧੀਆ ਲੱਗਦਾ ਯਾਰ ਚਲਾਉਣ 'ਚ ਯਾਰ ਜਿਹੜਾ ਇਹ ਅਮੈਰੀਕਨ ਟਰੱਕ 'ਚ ਹੈ ਨਹੀਂ ਦੂਜਾ ਘੈਂਟ ਲੱਗਦਾ ਜਿਹੜਾ ਦੂਜਾ ਮੈਨ ਮੈਨ ਵਾਲਾ ਨਹੀਂ ਹੈਗਾ ਉਹ ਸਿਰਾ ਚੀਜ਼ ਹੈ ਯਾਰ ਉਹ ਤਾਂ ਕੋਈ ਦੂਜਾ ਚਲਾਉਂਦਾ ਹੈ ਨਾ ਜੀ ਓਏ ਮਾਈਕ ਨਾਲ ਕੀ ਕਰ ਰਿਹਾ ਉਹ ਤੂੰ ਤਾਂ ਉਹ ਹੋ ਕਾਂ ਤੂੰ ਕਰ ਨਾ ਕੁਝ ਬਾਬੇ ਮਾਈਕ ਨਾਲ ਕੁਝ ਨਾ ਕਰ ਤੂੰ ਮਾਈਕ ਬੰਦ ਕਰਕੇ ਰੋਟੀ ਖਾ ਲਾ ਰੋਟੀ ਦੀ ਮਾਇਆ ਕਿ ਤੇ ਮੁੱਕੀਆਂ ਮਰੀ ਜਾਣਾ ਰੋਟੀ ਖਾ ਲਾ ਆ ਤਾਂ ਵੀ ਪੁੰਜੀਆਂ ਲੱਗ ਰਹੇ ਨੇ ਆਏ ਨਹੀਂ ਪਤਾ ਹੋਰ ਹੀ ਕਿਤੇ ਲਈ ਬੈਠਾ ਹੋਵੇ ਮੈਂ ਨਹੀਂ ਯਾਰ ਰੋਟੀ ਖਾਂਦਾ ਐ ਨਹੀਂ ਖਾਂਦੀ ਰੋਟੀ ਰਾਟੀ ਕਰ ਪੀਸੀ ਤੇ ਪੀਸੀ ਦੇ ਨਹੀਂ ਮੈਂ ਤਾਂ ਘੜੇ ਲਿਆਉਣਾ ਪੂਰੇ ਨਹੀਂ ਕੋਲ ਕੋਲ ਦਾਣੇ ਨੇ ਹੋ ਗਿਆ ਮੈਨੂੰ ਨਾ ਪੈਪ ਖੋਲਣ ਨੂੰ ਕਹਿ ਦਿੰਦੀ ਪੈਪ ਹੀ ਦੂਜੇ ਪਾਸ ਯਾਰ ਐ ਨਾ ਕਹਿ ਯਾਰ ਹੁਣ ਦੋਨੇ ਪਾਸੇ ਪੈਪ ਤਾਂ ਖੋਲ ਯਾਰ ਹੁਣ ਥੰਬਨੇਲ ਬਣਾਵਾਂਗੇ ਕਹਿਣ ਜੇ ਯਾਰ ਚੱਲ ਇੱਦਾਂ ਹੀ ਖੜਾ ਦੇ ਮੈਂ ਰਹਿਣ ਦੇ ਬਸ ਇੱਦਾਂ ਹੀ ਰਹਿਣ ਦੇ ਬਸ ਰਹਿਣ ਦੇ ਇੱਕ ਮਿੰਟ ਤੈਨੂੰ ਇੱਕ ਜਿਗਾੜ ਦੱਸ ਕੀ ਕਰਨ ਲੱਗੇ ਹੋ ਰਵਿੰਦਰ ਪੈਪ ਬੰਦ ਕਰ ਪੈਪ ਬੰਦ ਕਰੀ ਇੱਕ ਵਾਰੀ ਰੋ ਜਾ ਤੇਰੇ ਹਾਲ ਚ ਦਾਣੇ ਪਾ ਦਈਏ ਪਰ ਮੇਰੀ ਟਰਾਲੀ ਤਾਂ ਭਰ ਗਈ ਕੀ ਦਾਣੇ ਪਾਉਂਗੇ ਟਰਾਲੀ ਥੱਲੇ ਲਾ ਦੇ ਏਦਾਂ ਹੀ ਬਣਾ ਲੈਣੀ ਆ ਬਸ ਮੈਂ ਲੈ ਲੈ ਹੁਣ ਲਾ ਲੈ ਰਵਿੰਦਰ ਲਾ ਦੇ ਕੀ ਪੈਪ ਲਾਉਣਾ ਪਰ ਪੈਪ ਲਾ ਦਾਣੇ ਤਾਂ ਹੀ ਗਿਰਨਗੇ ਨਾ ਜੇ 100% ਘੱਟ ਹੋਊਗੀ ਥੋੜੀ ਬਹੁਤ ਕਰ ਤੇਰੇ ਵਾਲਾ ਕਟਰ ਦੂਜਾ ਓ ਯਾਰ ਮੇਰੀ ਵੀ ਸੁਣ ਲਓ ਭਾਈ ਉਹ 100% ਭਰੀ ਹੋਈ ਹੈ ਟਰਾਲੀ ਨਹੀਂ ਸ਼ੋ ਹੋਣੇ ਦਾਣੇ ਗਿਰਤੇ ਉਹ ਕੋਨੀ ਕੋਈ ਨਾ ਆਪਣਾ ਚੌਪਰ ਕਰ ਲਓ ਤੁਸੀਂ ਹੱਦ ਹੋ ਗਈ ਪੱਟੂਆਂ ਦੀ ਕਹਿੰਦੇ ਲੈ ਲਾ ਲਾ ਉਹਦੇ ਧਰਪ੍ਰੀਤ ਦੇ ਧਰਪ੍ਰੀਤ ਸਾਹਮਣੇ ਲੈ ਕੇ ਆ ਬਾਬੇ ਥੋੜਾ ਜਿਹਾ ਫਿਰ ਸਾਹਮਣੇ ਲਿਆ ਫਿਰ ਥੰਬਨੇਲ ਵਧੀਆ ਜਿਹਾ ਬਣ ਜਾਊਗਾ ਉਹਨਾਂ ਟਾਈਮ ਮੈਂ ਹੱਡ ਹੁੱਡ ਜੀ ਗੈਪ ਕਰਦਾ ਜਿਹੜੀ ਸਾਹਮਣੇ ਆਉਂਦੀ ਹੈ ਇੱਕ ਪਿੱਛੇ ਉਹ ਵੀ ਲਿਆਈ ਜਿਹੜਾ ਟਾਵਰ ਜਾ ਕੀ ਆ ਟੋਕੀਓ ਟਾਵਰ ਹੀ ਸਮਝ ਲਾ ਤੂੰ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਫਿਰ ਉਹ ਖੜੀ ਨਾਲੇ ਤੇ ਮੈਂ ਉੱਤਰ ਜਾਂਦਾ ਮੈਂ ਸਾਰੀ ਉੱਤਰ ਕੇ ਖੜੋ ਚੜਾਈ ਜਾਂਦਾ ਤੂੰ ਟਰੈਕਟਰ ਬਟ ਮੇਰਾ ਜੋ ਕਰੋ ਛੱਤਾਂ ਦੇ ਖੜ ਜਾ ਇਹਦੇ ਆ ਟਰੈਕਟਰ ਦੂਰ ਖੜਿਆ ਰਵਿੰਦਰ ਵਾਲਾ ਇਹਦੇ ਵਾਲਾ ਤੇ ਮੈਂ ਕਹਣਾ ਇੱਥੇ ਆ ਓਏ ਜੋ ਬਣ ਛੇਤੀ ਵੀ ਯਾਰ ਓਏ ਯਾਰ ਉਹਨੇ ਟਰੈਕਟਰ ਵੀ ਖੜਾ ਦਿੱਤਾ ਯਾਰ ਨਹੀਂ ਤੋ ਐਨੀ ਦੂਰ ਤੋਂ ਨਹੀਂ ਨਾ ਫਿਰ ਦਿਖਣੀ ਚੀਜ਼ ਸੰਪਨਰ ਤੇ ਸੋਣਾ ਪਾ ਨੇੜੇ ਤੋਂ ਹੋਊਗਾ ਯਾਰ ਉੱਡ ਕੇ ਬਣਾ ਉੱਡ ਕੇ ਬਣਾਉਣ ਨੂੰ ਰੇ ਈਜ਼ੀ ਡਿਵੈਲਪਮੈਂਟ ਕੋਡ ਲੱਗੇ ਆ ਟਰੈਕਟਰ ਤੇ ਛਤਰੀ ਤੇ ਖੜ ਜਾਣਾ ਮੈਂ ਓਏ ਯਾਰ ਨਹੀਂ ਤੂੰ ਇੱਥੇ ਆ ਜੋ ਬਣ ਆ ਜਿੱਥੇ ਮੈਂ ਖੜਾ ਇੱਥੇ ਆ ਛੇਤੀ ਆ ਕਿ ਮੈਨੂੰ ਆਏ ਦੱਸ ਮੈਨੂੰ ਆਏ ਦੱਸ ਆ ਸਾਈਡ ਵਾਲਾ ਕਿੱਥੋਂ ਗਾਇਬ ਹੁੰਦਾ ਹੁੰਦਾ ਹੈ ਓਏ ਜੋ ਬਣ ਇੱਥੇ ਆਇਆ ਤਾਂ ਤੈਂ ਵੀ ਸਕਰੀਨ ਸ਼ਾਟ ਲੈਣਾ ਹੈ ਜੋ ਬਣ ਨਾ ਨਾ ਇੱਕ ਵਾਰੀ ਦੱਸਦਾ ਮੈਂ ਤੈਨੂੰ ਸਕਰੀਨ ਸ਼ਾਟ ਲੈ ਕੇ ਓਏ ਆਪਣੇ ਮੋੜ ਇੱਥੇ ਦਾ ਇੱਥੇ ਤਾਂ ਜਿੱਥੇ ਮੈਂ ਖੜਾ ਯਾਰ ਜਿੱਥੇ ਆ ਨਹੀਂ ਹੈ ਕਿ ਸੈਟਿੰਗ ਦੀ ਜਿੱਥੇ ਸੈਟਿੰਗ ਦਾ ਨਿਸ਼ਾਨ ਆਉਂਦਾ ਹੈ ਐਸਕੇਪ ਦੱਬ ਕੇ ਉਹ ਤੋਂ ਨੀਚੇ ਇੱਕ ਐਡੀਸ਼ਨਲ ਸੈਟਿੰਗ ਹੈ ਐਡੀਸ਼ਨ ਸੈਟਿੰਗ ਹੈ ਉਹਦੇ ਵਿੱਚ ਹੱਡ ਆਉਂਦੀ ਹੈ ਐਚਯੂਡੀ ਹਾਂ ਉਹ ਬੰਦ ਕਰ ਦੇ ਟਰੈਕਟਰ ਇੱਥੇ ਖੜਾਏਗਾ ਓਏ ਰਵਿੰਦਰ ਟਰੈਕਟਰ ਇੱਥੇ ਖੜਾਏਗਾ ਯਾਰ ਉਹਦੀ
ਕਾਂ ਯਾਰ ਕਾਂ। ਹਾਂ ਲੈ ਚੱਲ ਹਟ ਜਾ ਇੱਕ ਮਿੰਟ, ਇੱਥੇ ਇੱਥੇ ਖੜ ਜਾ, ਇੱਥੋਂ ਸਕਰੀਨ ਸ਼ੋਟ ਲੈ। ਪਤਾ ਕੀ ਇੱਥੋਂ ਬਹੁਤ ਦੂਰ ਹੋ ਜਾਊਗਾ ਬਾਬੇ। ਆਇਆ ਇੱਥੇ ਆਇਆ ਇੱਥੇ ਆਇਆ। ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਅਸਲ 'ਚ ਨਾ ਸਕਰੀਨ ਸ਼ੋਟ, ਇੱਕ ਮਿੰਟ ਮੈਨੂੰ ਕਰਨ ਦੇ ਮੈਨੂੰ ਕਰ, ਜਿੰਨਾ ਸਕਰੀਨ ਸ਼ੋਟ ਜ਼ਿਆਦਾ ਦਿਖਾਏਗਾ ਨਾ ਇਹਨੂੰ ਪਸੰਦ ਆ ਗਿਆ ਨਾ ਉਹ ਸਾਰਾ ਨਹੀਂ ਆ ਗਿਆ ਇਹਦੇ ਅਰਗੇ ਜਵਾਗ ਜੇ ਬਾਲੇ ਮੈਨੂੰ। ਓ ਯਾਰ ਇੱਕ ਮਿੰਟ ਇੱਥੇ ਇੱਧਰ ਇਸ ਲੋਟ ਆਓ, ਹਾਂ ਇੱਥੋਂ ਘੈਂਟ ਜਾ ਫਿਰ ਇੱਥੋਂ ਘੈਂਟ ਆਊਗਾ। ਬਸ 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 ਘੈਂਟ ਆ ਰਿਹਾ ਜਿੱਥੇ ਦਰਜੀ ਦਾ ਆਫ ਕਰੂਗਾ। ਓ ਯਾਰ ਤੁਸੀਂ ਮੰਨੇ ਦੂਰ ਹੋ ਜਾਊਗਾ ਯਾਰ ਉੱਥੋਂ, ਮੇਰੀ ਮਸ਼ੀਨ ਦੇ ਮੂਹਰੇ ਨਹੀਂ ਆਉਣਾ ਟਰੈਕਟਰ ਲਾਉਣਾ, ਇਕੱਲੇ ਆ ਕੇ ਟਰੈਕਟਰ ਦੀ ਪ੍ਰਭਾਵ ਪਾਉਣ ਨੂੰ ਖੜਦਾ, ਉਹਨੇ ਪ੍ਰਭਾਵ ਪਾਉਣਾ ਮਸ਼ੀਨਾਂ ਦਾ, ਥੋੜਾ ਜਿਹਾ ਸਾਈਡ ਤੇ ਲਾ ਲਾ ਯਾਰ ਇੱਕ ਕੰਮ ਕਰ, ਜਾਂ ਗੱਬੇ ਲਾ ਲਾ ਮਸ਼ੀਨਾਂ ਤੋਂ ਟਰੇਲਾ ਟਰੈਕਟਰ ਨੂੰ ਜਾਂ ਸਾਈਡ ਤੇ ਡਾ ਦੇ ਦੋਨਾਂ ਦਾ, ਜਾਂ ਕਿ ਦੋਨੇ ਮਾੜੀ ਮਸ਼ੀਨ ਬਰਾਂ ਨੂੰ ਕਰ ਲੈ। ਹਾਂ ਵਿਚਾਲੇ ਉਡਾ ਦੇ ਟਰੈਕਟਰ, ਦੋਨੇ ਗੱਬੇ ਹੋ ਜਾਣਗੇ ਮਸ਼ੀਨਾਂ ਸਾਈਡ ਤੇ ਹੋ ਜਾਣਗੀਆਂ। ਇੱਧਰ ਲੱਗ ਜੂਗਾ ਆ ਪਈ ਥਾਂ, ਇੱਧਰ 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 ਲਾ ਦੇ ਜੀ, ਰੁਕ ਜਾ ਮੈਂ ਲਾ ਕੇ ਦਿੰਦਾ ਤੇ। ਹਾਂ ਇੱਧਰ ਲਾ ਸਿੱਧੂ, ਹਾਂ ਇੱਧਰ ਜਗ੍ਹਾ ਪਈ ਆ, ਹਾਂ ਇੱਧਰ ਸਪੇਸ ਪਈ ਆ, ਇੱਧਰ ਤੇਰਾ ਕਟਰ ਆਉਂਦਾ ਨਾ ਉੱਧਰ ਕਟਰ ਨਹੀਂ ਆਉਣ ਲੱਗ ਰਿਹਾ। ਹਾਂ ਇੱਧਰ ਸਹੀ ਆ ਕੋਈ ਕਟਰ ਵੀ ਤਾਂ ਰੱਖਣਾ ਪੈਂਦਾ ਹੁੰਦਾ ਜੀ ਇੱਧਰ ਮਸ਼ੀਨ। ਹਾਂ ਉਹੀ ਕਟਰ ਨੀਚੇ ਕਰ ਦਿਓ ਓਏ ਰਵਿੰਦਰ, ਲੈ ਜੋ ਬਰੋ ਮੈਂ ਲੈਣਾ ਉਹ ਸਕਰੀਨ ਸ਼ਾਟ, ਲੈ ਮੈਂ ਭੇਜੂਗਾ, ਖੜੋ ਤੁਸੀਂ ਟਰੈਕਟਰਾਂ ਦਾ ਖੜੋ, ਆ ਜਾਓ ਟਰੈਕਟਰਾਂ ਤੇ ਖੜੇ, ਨੀਚੇ ਉਤਰੇ ਆ ਸਾਰੇ ਤਿੰਨੇ ਚਾਰੇ ਮੇਰੇ ਵਾਲੇ ਦਾ ਚੱਕੀ ਹੋਰ ਹੀ ਪਾਇਆ। ਹੂੰ ਸਾਹਮਣੇ ਨੂੰ ਮੂੰਹ ਕਰੋ ਕੈਮਰੇ ਗਣੀ ਨੂੰ ਸਾਲੇ, ਫੋਟੋ ਖਿਚਾਉਣੀ ਹੈ। ਆ ਕਿਹੜੇ ਦੇ ਖਾਕੀ ਹੈ ਉਹ ਸਾਲਾ, ਯੱਟ ਹੋਣੀ ਨੇ ਵੀਰੇ ਯੱਟ ਹੋਣੀ, ਸੈਟਿੰਗ ਨਹੀਂ ਆ ਰਹੀ ਹੁਣ। ਸਹੀ ਹੈ ਸਹੀ ਹੈ ਸਹੀ ਹੈ ਓਏ ਯਾਰ ਖੜ ਕੇ ਮੇਰੇ ਆ ਤੇ ਸਿੱਧੂ ਦਾ ਕੈਰੇਕਟਰ ਸੇਮ ਆ, ਮੈਂ ਹੀ ਬਣਾਇਆ ਇਹਦਾ ਵੀ ਦੋਨੋਂ ਦੇ ਨੀੜੇ ਵੀ ਇੱਕੋ ਜਿਹੇ ਭਰਾਵਾ ਮੈਂ ਹੀ। ਓਏ ਸਹੀ ਹੋ ਗਿਆ, ਲੈ ਲਿਆ ਸਕਰੀਨ ਸ਼ਾਟ ਸਿੱਧੂ, ਮੈਂ ਤਾਂ ਲੈ ਲਿਆ। ਇੱਕ ਮਿੰਟ ਰੁਕ ਜਾ ਸਟਾਰ, ਇੱਧਰ ਜਾ ਕੋ ਇੱਧਰ ਜਾ ਸਿੱਧੂ ਗੱਲ ਕਾਦੋ ਗਿਆ, ਇੱਕ ਮਿੰਟ ਉੱਪਰੋਂ ਵੀ ਲੈ ਲੈਣਾ, ਉੱਪਰੋਂ ਵੀ ਲੈ ਲੈਣਾ ਸਕਰੀਨ ਸ਼ਾਟ, ਇੱਕ ਵਾਰੀ ਇੱਥੋਂ ਵੀ ਲੈ ਲਈਏ, ਇੱਕ ਦੇਖਾਂਗੇ ਫਿਰ ਕਿਹੜਾ ਪੈਂਟ ਬਣਦਾ। ਰਵਿੰਦਰ ਤਾਂ ਰਵਿੰਦਰ ਖੜ ਹੋਏ ਹੁਣ, ਖੜ ਖੜਾ ਇੱਧਰ ਇੱਧਰ ਝਾਕ, ਹਾਂ ਜਿੱਧਰ ਅਸੀਂ ਝਾਕ ਰਹੇ ਹਾਂ। ਕਿੰਥੀ ਲੈ ਲੈ ਚੀਜ਼ ਆ ਗਿਆ ਫੇਰ ਵੰਦਾ ਜਾ ਜਾਂਦਾ ਯਾ ਕੋ ਮੁੰਡਿਓ, ਬਸ ਜਿਹੜੀ ਉਹ ਲੈਣਾ ਸੀ ਲੈ। ਚਲੋ ਬਾਪਿਓ ਓਕੇ ਆ ਹੁਣ ਰਿਪੋਰਟ ਤੇ ਵਾ, ਮੈਂ ਡਿਸਕਾਊਂਟ ਤੇ ਭੇਜਤੀਆਂ ਫੋਟੋ, ਰਿਕਾਰਡਿੰਗ ਕਰਤੀ।